ਗੁਰਮੇਲ ਮਡਾਹੜ ਦੀ ਕਹਾਣੀ ਹੈ ਤੀਸਰੀ ਅੱਖ ਦਾ ਜਾਦੂ ਕੌਣ ਹੈ ਧਰਮ ਸਿੰਘ ਹੈ ਕਹਿ ਕੇ ਛੱਜੂ ਸਿੰਘ ਨੇ ਪਿੱਛੇ ਮੁੜ ਕੇ ਦੇਖਿਆ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ 'ਚ ਬੱਗੀ-ਮੱਕੀ ਦੇ ਦਾਣਿਆਂ ਵਰਗੇ ਫੁੱਲੇ ਚਮਕ ਉੱਠੇ ਆਪਣੀ ਸੰਨੀ ਨਾਲ ਲਿਬੜੀ ਬਾਹ ਦੇ ਡੋਲੇ ਨਾਲ ਆਪਣੇ ਚਿਹਰੇ ਦਾ ਪਸੀਨਾ ਪੂੰਝ ਕੇ ਉਹਨੇ ਕਿਹਾ ਉਹ ਗਾਹਾਂ ਆ ਜਾ ਭੂਆ ਦੇਆ ਪੁੱਤਾ ਅਮੰਜਾ ਲੈ ਲੈ ਬਸ ਆਹੀ ਮਹਿਸ ਦੀ ਸੰਨੀ ਰਹਿੰਦੀ ਹੈ ਕਿਆ ਕਿਉ ਫੇਰ ਸੰਨੀ ਰਲਾਉਣ ਲੱਗ ਪਿਆ ਸੀ ਧਰਮ ਸਿੰਘ ਹੈਰਾਨ ਹੋਇਆ ਸੋਚ ਰਿਹਾ ਸੀ ਵੀ ਉਹਨੇ ਮੈਨੂੰ ਐਡੀ ਛੇਤੀ ਕਿਵੇਂ ਪਛਾਣ ਲਿਆ ਤਦ ਕਿ ਅੱਜ ਤੋਂ ਪਹਿਲਾਂ ਮੈਂ ਇਹਦੇ ਘਰੇ ਕਦੇ ਆਇਆ ਹੀ ਨਹੀਂ ਨਾ ਹੀ ਕਦੇ ਬੋਲਿਆ ਚੱਲਿਆ ਨਾ ਹੀ ਇਹਦੇ ਨਾਲ ਕਿਸੇ ਤਰ੍ਹਾਂ ਦੀ ਸ਼ਰੀਕੇਦਾਰੀ ਹੈ ਨਾ ਕੋਈ ਸਾਡੀ ਘਰ ਚ ਦੀ ਦਾਲ ਕੋਲੀ ਦੀ ਸਾਂਝ ਹੈ ਪਰੇ ਖੜਾ ਮੰਜਾ ਢਾ ਕੇ ਬਹਿ ਗਿਆ ਛੱਜੂ ਸਿੰਘ ਸੰਨੀ ਰਲਾ ਕੇ ਸਾਹਮਣੇ ਲੱਗੀ ਟੂਟੀ ਤੇ ਹੱਥ ਧੋਣ ਚਲਾ ਗਿਆ ਧਰਮ ਸਿੰਘ ਨੇ ਵੇੜੇ ਚਾਰੇ ਪਾਸੇ ਨਿਗਾਹ ਘੁਮਾਈ ਵੇੜੇ ਵਿਚਲੀ ਥਾਂ ਦੀ ਵੰਡ ਨੂੰ ਦੇਖ ਕੇ ਉਹਦਾ ਮਨ ਖੜ ਗਿਆ ਪੱਕੀਆਂ ਥੱਲਿਓਂ ਆਧਾਕਾਰ ਗੋਲ ਖੁਰਲੀਆਂ ਜਿਨ੍ਹਾਂ 'ਚ ਸੰਨੀ ਰਲਾਈ ਪਈ ਸੀ ਖੁਰਲੀਆਂ ਦੀ ਉਤਲੀ ਵੱਟ ਦੇ ਉਤਲੇ ਸਿਰੇ ਤੇ ਲੰਮੀ ਐਂਗਲਾ ਰਨ ਲੱਗੀ ਸੀ ਤਾਂ ਕਿ ਸੰਗਲਾਂ ਦੇ ਕਾਸੇ ਨਾਲ ਖੁਰਲੀਆਂ ਨਾ ਘਸ ਜਾਣ ਵੱਡੀਆਂ ਖੁਰਲੀਆਂ ਦੇ ਨਾਲ ਇੱਕ ਲੰਮੀ ਖਾਲ ਵਰਗੀ ਛੋਟੀ ਖੁਰਲੀ ਸੀ ਜਿਹਦੇ ਇੱਕ ਸਿਰੇ ਤੇ ਲੱਗੀ ਪਾਣੀ ਦੀ ਟੂਟੀ ਉਹਨੇ ਖੋਲਤੀ ਖੁਰਲੀਆਂ ਅੱਗੇ ਆਮ ਧਰਤੀ ਤੋਂ ਫੁੱਟ ਸਵਾ ਫੁੱਟ ਉੱਚਾ ਪੱਕਾ ਚੌਂਤਰਾ ਬਣਿਆ ਸੀ ਚੌਂਤਰੇ ਦੇ ਪਿੱਛੇ ਇੱਕ ਪੱਕੀ ਨਾਲੀ ਸੀ ਜਿਸ ਸਿਰ گاਵਾ ਮੱਜਾਂ ਦਾ ਮਲਮੂਤਰ ਚੌਂਤਰੇ ਤੋਂ ਰੁੜ ਕੇ ਆ ਪੈਂਦਾ ਸੀ ਤੇ ਜਿਹੜਾ ਬਾਹਰਲੀ ਨਾਲੀ 'ਚ ਚੌਂਤਰਾ ਜਿਹੜਾ ਬਾਹਰਲੀ ਨਾਲੀ 'ਚ ਚਲਿਆ ਜਾਂਦਾ ਇਸ ਚੌਂਤਰੇ ਦੇ ਬਿਲਕੁਲ ਸਾਹਮਣੇ ਏਸੇ ਨਕਸ਼ੇ ਤੇ ਇੱਕ ਹੋਰ ਚੌਂਤਰਾ ਸੀ ਜ ਜਿਹਰੋਂ ਨੇ ਬਰਾਂਡੇ ਨਾਲ ਛੱਤਿਆ ਹੋਇਆ ਸੀ ਹੱਥ ਧੋਣ ਤੋਂ ਮਗਰੋਂ ਛੱਜੂ ਸਿੰਘ ਨੇ ਇੱਕ ਇੱਕ ਕਰਕੇ ਸਾਰੀਆਂ ਮੱਜਾਂ ਗਊਆਂ ਦੇ ਸੰਗਲ ਖੋਲ ਦਿੱਤੇ ਤੇ ਜਿਹੜੀਆਂ ਖੁੱਲੇ ਚੌਂਤਰੇ ਤੇ ਆ ਕੇ ਕੋਈ ਵੱਡੀ ਖੁਰਲੀ ਤੇ ਸੰਨੀ ਖਾਣ ਲੱਗ ਪਈ। ਕੋਈ ਛੋਟੀ ਚ ਪਾਣੀ ਪੀਣ ਰਸੋਈ ਅੰਦਰੋਂ ਛੱਜੂ ਦੀ ਤੀਵੀਂ ਆਈ ਉਸ ਨਾਲ ਮੱਝਾਂ ਗਊਆਂ ਦੇ ਸੰਗਲ ਪਵਾ ਕੇ ਫੇਰ ਵਾਪਸ ਰਸੋਈ 'ਚ ਚਲੀ ਗਈ। ਛੱਜੂ ਸਿੰਘ ਫੇਰ ਟੂਟੀ ਤੇ ਗਿਆ, ਹੱਥ ਧੋਤੇ ਪਰਨੇ ਨਾਲ ਸਾਫ਼ ਕਰਕੇ ਉਹਦੇ ਵੱਲ ਵਧਿਆ ਗਿਆ। "ਲਓ, ਹੁਣ ਅਸੀਂ ਵੇਲੇ ਆ।" ਤੇ ਨਾਲ ਹੀ ਮੰਜੇ ਦੀ ਪੈਂਦਵਾਲ ਬੰਨ੍ਹਦਾ ਹੋਇਆ ਬੋਲਿਆ, "ਆ ਉਪਰਿਆਂ ਨਹੀਂ ਆਂਗੂ ਕਿਉਂ ਬਠਾ ਸੂਤ ਹੋ ਕੇ ਬੈਠ। ਨਹੀਂ ਮੈਂ ਤਾਂ ਠੀਕ ਆਂ। ਧਰਮ ਸਿੰਘ ਨੇ ਕਿਹਾ, हां ਮੈਨੂੰ ਕਈ ਦਿਨ ਹੋ ਗਏ ਬੰਤੇ ਨੇ ਕਿਹਾ ਧੀ ਵੀ ਭਾਂਜੇ ਨੂੰ ਮੈਸ ਦਿਵਾਉਣੀ ਐ ਪਹਿਲਣ ਜਾਂ ਦੂਜੇ ਸੂਈ ਦੂਜੇ ਸੂਏ ਸੂਈ ਹੋਈ ਹਾਂਜੀ ਮੈਨੂੰ ਵੀ ਉਹਨੇ ਕਿਹਾ ਸੀ ਵੀ ਐਤਵਾਰ ਨੂੰ ਤੁਹਾਡੇ ਕੋਲ ਢੇੜਾ ਮਾਰ ਆਵਾ ਬੜੀ ਤਾਰੀਫ ਕਰਦਾ ਸੀ ਉਹ ਤੁਹਾਡੀ ਕਹਿੰਦਾ ਆਪਣੇ ਇਲਾਕੇ ਦੀ ਹਰ ਵਕਾਊ ਗਾਮੈਸ ਦੀ ਖਬਰ ਹੁੰਦੀ ਆ ਤੁਹਾਡੇ ਕੋਲ ਆ ਕਬੀਲਦਾਰੀ ਚਲਾਉਣ ਲਈ ਬਹੁਤ ਪਾਪੜ ਵੇਲਨੇ ਪੈਂਦੇ ਆ ਨਾਲੇ ਸ਼ੁਗਲ ਜਿਹਾ ਬਣਿਆ ਰਹਿੰਦਾ ਬਾਹਾਨੇ ਸਿਰ ਚਾਰ ਬੰਦਿਆਂ ਦੇ ਮੂੰਹ ਲੱਗਦੇ ਰਹਿੰਦੇ ਛੱਜੂ ਸਿੰਘ ਲਗਾਤਾਰ ਬੋਲੀ ਜਾ ਰਿਹਾ ਸੀ ਪਰ ਧਰਮ ਸਿੰਘ ਉਹਦੀਆਂ ਗੱਲਾਂ ਸੁਣਦਾ ਸੁਣਦਾ ਉਹਦੀਆਂ ਅੱਖਾਂ ਚ ਉਤਰ ਗਿਆ। ਉਹਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਕੁਝ ਚਿਰ ਪਹਿਲਾਂ ਮੱਝ ਗਊਆਂ ਨੂੰ ਸੰਨੀਆਂ ਰਲਾਉਣ ਵਾਲਾ ਉਹਨਾਂ ਨੂੰ ਬੰਨਣ ਖੋਲਣ ਵੇਲੇ ਸਾਰੇ ਵੇੜੇ ਚ ਇੱਧਰੋਂ ਉੱਧਰ ਉੱਧਰੋਂ ਇੱਧਰ ਉਰੀ ਵਾਂਗ ਘੁੰਮਣ ਵਾਲਾ ਆਦਮੀ ਨੇਤਰਹੀਣ ਕਿਵੇਂ ਹੋ ਸਕਦਾ ਹੈ। ਬਾਈ ਮਹਿਸਾ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਹੈ। ਧਰਮ ਸਿੰਘ ਨੇ ਉਹਦੀ ਸਿਫਤ ਕਰਨੀ ਚਾਹੀਦੀ। ਲੋੜ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੀ ਹੈ, ਬਹੁਤ ਕੁਝ ਕਰਾ ਦਿੰਦੀ ਹੈ। ਤੂੰ ਤਾਂ ਜ਼ਿਆਦਾ ਸਿਆਣਾ ਹੈ। ਜੇ ਦੇਖੀ ਇਹ ਤਾਂ ਬੰਦਾ ਵੀ ਜਾਨਵਰੀ ਐ ਨਾ ਉਹਦੀਆਂ ਲੋੜਾਂ ਦੀ ਪੂਰਤੀ ਉਹਨੂੰ ਇੱਥੇ ਤੱਕ ਲੈ ਆਈ ਐ ਲਓ ਜੀ ਦੀ ਆਵਾਜ਼ ਨੇ ਦੋਹਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਧਰਮ ਸਿੰਘ ਨੇ ਦੇਖਿਆ ਛੱਜੂ ਸਿੰਘ ਦੀ ਜਨਾਨੀ ਦੋ ਥਾਲ ਲਈ ਖੜੀ ਸੀ ਲੰਮੀ ਛੰਮੀ ਬਾਜਰੀ ਦੇ ਟਾਂਡੇ ਵਰਗੀ ਪਤਲੀ ਗੋਰੀ ਚਿੱਟੀ ਜਿਵੇਂ ਕੋਈ ਡੱਚ ਕਬੀਲੇ ਦੀ ਕੁਆਰੀ ਕੁੜੀ ਹੋਵੇ ਇੰਉਂ ਲੱਗਦੀ ਸੀ ਉਹ ਉਹਦੀਆਂ ਬਿੱਲੀਆਂ ਗੋਲ ਅੱਖਾਂ ਬੱਚਿਆਂ ਦੇ ਖੇਡਣ ਨਾਲ ਕੰਜੇਆ ਵਾਂਗ ਚਮਕ ਰਹੀਆਂ ਸੀ ਮੋਖਿਆ ਮੇਜ਼ ਲੈ ਆਉਂਦੀ ਮੁੰਡਾ ਸੂਤ ਹੋ ਕੇ ਆਰਾਮ ਨਾਲ ਰੋਟੀ ਖਾ ਲੈਂਦਾ ਉਹਨੇ ਦੋਵੇਂ ਥਾਲ ਫੜਦੇ ਆਖਿਆ ਨਹੀਂ ਮੈਂ ਤਾਂ ਹਾਜ਼ਰੀ ਖਾ ਕੇ ਆਇਆ ਕਿਉਂ ਗਪੌੜ ਮਾਰਦਾ ਹੈ ਲੇਖਕ ਹੋ ਕੇ ਗਲਪ ਗਪੌੜ ਹੀ ਤਾਂ ਹੁੰਦਾ ਹੈ ਧਰਮ ਸਿੰਘ ਦੇ ਮੰਚ ਆਇਆ ਕਿ ਛੱਜੂ ਸਿੰਘ ਨੂੰ ਕਹਿ ਦੇਵੇ ਪਰ ਉਹ ਫੇਰ ਮੌਕਾ ਸੰਭਾਲਦਿਆਂ ਬੋਲਿਆ ਗਪੌੜ ਉਹ ਵੀ ਤੁਹਾਡੇ ਨਾਲ ਇਹ ਕਿਵੇਂ ਹੋ ਸਕਦਾ ਸੱਚੀ ਗੱਲ ਤੇ ਹੈ ਵੀ ਸਵੇਰੇ ਮੈਂ ਰੋਟੀ ਖਾਂਦਾ ਹੀ ਨਹੀਂ ਦੁਪਹਿਰੇ ਤੇ ਆਥਣੇ ਖਾਈਦੀ ਹੈ ਸਵੇਰੇ ਦੁੱਧ ਜਾਂ ਦਹੀਂ ਚੱਕੀਦੀ ਹੈ ਫੇਰ ਜਦ ਦੁੱਧ ਲੈ ਆ ਕਹਿ ਕੇ ਉਹਨੇ ਇੱਕ ਥਾਲਾ ਫੜੀ ਤੀਵੇਂ ਨੂੰ ਮੋੜ ਦਿੱਤਾ ਦੂਜਾ ਆਪਣੇ ਅੱਗੇ ਧਰ ਕੇ ਆਰਾਮ ਨਾਲ ਰੋਟੀ ਖਾਣ ਲੱਗ ਪਿਆ ਛੋਟੀਆਂ-ਛੋਟੀਆਂ ਬੁਰਕੀਆਂ ਤੋੜ ਕੇ ਕਦੇ ਉਹ ਦਹੀਂ 'ਚ ਡਬੋ ਕੇ ਖਾਂਦਾ ਕਦੇ ਆਚਾਰ ਲਾ ਕੇ ਦਾਲ 'ਚ ਕਦੇ ਗੰਡੇ ਦੀ ਫਾੜੀ ਚ ਇਥ ਲੈਂਦਾ ਇਹ ਕਾਰਜ ਕਰਦਿਆਂ ਮਜਾ ਆ ਲა ਕਦੇ ਉਹਦਾ ਹੱਥ ਓਕਿਆ ਹੋਵੇ ਇਸ ਦੌਰਾਨ ਛੱਜੂ ਦੀ ਜਨਾਨੀ ਧਰਮ ਸਿੰਘ ਲਈ ਦੁੱਧ ਦਾ ਕੰਗਣੀ ਵਾਲਾ ਤਿੰਨ ਪਾ ਪੱਕੇ ਦਾ ਗਲਾਸ ਭਰ ਕੇ ਲੈ ਆਈ ਜੋ ਪਲੇਟ 'ਚ ਰੱਖਿਆ ਤੇ ਛੋਟੇ ਜਿਹੇ ਟੱਕਣ ਨਾਲ ਟਕਿਆ ਸੀ ਰੋਟੀ ਖਾ ਕੇ ਹੱਥ ਧੋ ਕੇ ਛੱਜੂ ਸਿੰਘ ਨੇ ਦਾੜੀ ਤੇ ਹੱਥ ਫੇਰਿਆਈ ਸੀ ਕਿ ਉਹਦੀ ਤੀਵੀ ਨੇ ਕੱਪੜੇ ਪੱਗ ਤੇ ਜੁੱਤੀ ਲਿਆ ਕੇ ਛੱਜੂ ਸਿੰਘ ਦੇ ਹਵਾਲੇ ਕਰ ਦਿੱਤੇ ਜਿਹੜੇ ਛੱਜੂ ਸਿੰਘ ਨੇ ਉੱਥੇ ਖੜੇ ਖੜੇ ਨਹੀਂ ਬਦਲ ਲਏ ਜਦੋਂ ਪੱਗ ਦੀ ਆਪੇ ਪੁਣੀ ਕਰਨ ਲੱਗਿਆ ਤਾਂ ਧਰਮ ਸਿੰਘ ਨੇ ਕਿਹਾ ਲਿਆ ਭਾਈ ਪੁਣੀ ਮੈਂ ਕਰਾ ਦਿਆਂ ਤਾਂ ਉਹਨੇ ਝਟ ਉੱਤਰ ਦਿੱਤਾ ਅੱਜ ਤਾਂ ਤੂੰ ਕਰਾ ਦੇਂਗਾ ਕੱਲ ਨੂੰ ਕੱਲ ਨੂੰ ਕੌਣ ਕਰਾਉ ਇੱਥੇ ਤਾਂ ਆਪਣਾ ਕਾਰਜ ਆਪ ਸਵਾਰੀ ਵਾਲਾ ਸਿਸਟਮ ਚੱਲਦਾ ਹੈ ਉਨੇ ਮੂੰਝਵਾਨੀ ਪੱਗ ਬੰਨ੍ਹਣੀ ਸ਼ੁਰੂ ਕਰਦੀ ਪੱਗ ਅਜਿਹੀ ਸ਼ਾਨਦਾਰ ਬੰਨੀ ਕਿ ਧਰਮ ਸਿੰਘ ਮੂੰਹ ਚ ਉਂਗਲਾਂ ਦੇ ਕੇ ਰਹਿ ਗਿਆ ਇੱਕ ਮਹਿਸਤਾ بڑے ਦਰਵਾਜ਼ੇ ਚੰਨਣ ਚਿੱਟੇ ਦੇ ਖੜੀ ਆ ਦੂਪਲੀ ਦਰਸ਼ਨ ਨੰਬਰਦਾਰ ਦੇ ਬਕਾਉ ਨੇ ਇੱਥੇ ਦੇ ਵਪਾਰੀਆਂ ਦਾ ਮਾਲ ਤੈਨੂੰ ਦਿਖਾਉਣਾ ਹੀ ਨਹੀਂ ਨੇਰੇ ਠੱਗ ਨੇ ਕੋਈ ਭੋਰਾ ਲਿਆਜ ਨਹੀਂ ਕਰਦੇ ਆਪਣੇ ਕੱਪੜਿਆਂ ਨੂੰ ਸਵਾਰਦਾ ਹੋਇਆ ਫੇਰ ਬੋਲਿਆ ਲੈ ਫੇਰ ਚੱਲੀਏ ਤੇ ਬਾਹਰ ਵੱਲ ਚੱਲ ਪਿਆ ਧਰਮ ਸਿੰਘ ਨੇ ਸਕੂਟਰ ਸਟਾਰਟ ਕਰਕੇ ਪਿੱਛੇ ਮੋੜਦੇ ਪਹਿਲਾਂ ਕਿੱਥੇ ਚੱਲਣਾ ਹੈ بڑے ਦਰਵਾਜ਼ੇ ਕਿਹ ਕਿਉਂ ਛੱਟ ਦੇ ਕੇ ਸਕੂਟਰ ਤੇ ਬਹਿ ਗਿਆ ਚੰਨਣ ਦਾ ਘਰ ਭਾਵੇਂ ਧਰਮ ਸਿੰਘ ਜਾਣਦਾ ਹੀ ਸੀ ਪਰ ਫਿਰ ਵੀ ਜਦ ਕੋਈ ਮੋੜ ਆਉਂਦਾ ਛੱਜੂ ਸਿੰਘ ਪਹਿਲਾਂ ਹੀ ਹਦਾਇਤ ਕਰ ਦਿੰਦਾ ਹੁਣ ਖੱਬੇ ਚੱਲ ਸਜੇ ਹੁਣ ਸਿੱਧਾ ਹੀ ਚਲਿਆ ਚੱਲ ਬਸ ਰੁੱਕ ਕੇ ਆ ਪਪੜਾਲਾ ਘਰੀਆ ਧਰਮ ਸਿੰਘ ਨੇ ਧਰਮ ਸਿੰਘ ਨੇ ਸਕੂਟਰ ਰੋਕਤਾ ਅਜੇ ਸਕੂਟਰ ਨੂੰ ਸਟੈਂਡ ਲਾ ਹੀ ਰਿਹਾ ਸੀ ਛਜੂ ਚਕਮੇ ਪੈਰੀ ਹੁੰਦਾ ਹੋਇਆ ਫਟਾਫਟ ਚੰਨਣ ਸਿੰਘ ਦੀ ਸਬਾਤ ਚ ਜਾ ਦਾਖਲ ਹੋਇਆ ਆਵਾਜ਼ ਮਾਰੀ ਚੰਨਣ ਸਿੰਘ ਕਰਈਏ ਆਹੋ ਆਜਾ ਗਾਂ ਲੰਗਾ ਅੱਗੋਂ ਉੱਤਰ ਆਇਆ ਤੇ ਨਾਲ ਦੀ ਨਾਲ ਹੀ ਇੱਕ ਬੰਦਾ ਖੱਬੇ ਹਥਲੀ ਬੈਠਕ ਚੋਂ ਨਿਕਲ ਕੇ ਸਬਾਤ ਚ ਆ ਗਿਆ ਛੇਰਾ ਚੀਨੇ ਕਬੂਤਰ ਵਰਗਾ ਡੱਬ ਖੜਾ ਪਾ ਫਲਵੇਰੀ ਨਾਲ ਭਰਿਆ ਦੇਖ ਕੇ ਬੰਦਾ ਝੱਟ ਸਮਝ ਜਾਵੇ ਵੀ ਚੰਨਣ ਸਿੰਘ ਨੂੰ ਚਿੱਟਾ ਕਿਉਂ ਕਹਿੰਦੇ ਆ ਕਿਹੜੀ ਮਹਿਸ ਬਕਾਊ ਛੱਜੂ ਸਿੰਘ ਨੇ ਬਿਨਾਂ ਕੋਈ ਸੱਜੇ ਖੱਬੇ ਦੀ ਗੱਲ ਕੀਤੀ ਕਿ ਤੇ ਸਿੱਧੀ ਕੰਮ ਦੀ ਗੱਲ ਕੀਤੀ ਆਹਾ ਚੰਨਨ ਸਿੰਘ ਨੇ ਛੱਜੂ ਸਿੰਘ ਦਾ ਹੱਥ ਫੜ ਕੇ ਮੱਝ ਦੇ ਪੂੜੇ ਤੇ ਰੱਖਤਾ ਉਹ ਤੋਂ ਮਗਰੋਂ ਛੱਜੂ ਸਿੰਘ ਨੇ ਮੱਝ ਦੇ ਪੂੜੇ ਤੇ ਹੱਥ ਫੇਰਨਾ ਸ਼ੁਰੂ ਕਰਕੇ ਗਰਦਨ ਤੋਂ ਦੇ ਫੇਰਦਾ ਸਿੰਘਾਂ ਨੂੰ ਟੋਇਆ ਟੋਂਦਾ ਹੋਇਆ ਮੱਝ ਦੇ ਬੁੱਲਾਂ ਤੱਕ ਲੈ ਗਿਆ ਫਿਰ ਉਹਨੇ ਚਾਰੇ ਟੰਗਾਂ ਨੂੰ ਟੋਈਆਂ ਸ਼ੁਰੂ ਤੋਂ ਲੈ ਕੇ ਟੌਰ ਤੱਕ ਪੂਛ ਤੇ ਹੱਥ ਫੇਰਿਆ ਫਿਰ ਹੌਲੀ-ਹੌਲੀ ਹੱਥ ਫੇਰਦਾ ਉਹ ਮੱਝ ਦਾ ਸਾਰਾ ਛੱਡਾ ਹੀ ਟੋ ਗਿਆ ਕਿੰਨੇ ਚਿਰ ਦੀ ਸੂਈ ਹੈ ਦੋ ਮਹੀਨਿਆਂ ਦੀ ਮਗਰ ਕੀ ਹੈ ਕੱਟੀ ਦਿਖਾ ਚੰਨਣ ਸਿੰਘ ਨੇ ਉਹਦਾ ਹੱਥ ਕੱਟੀ ਨੂੰ ਲਵਾਤਾ ਕੱਟੀ ਦੇ ਸਾਰੇ ਸਰੀਰ ਤੇ ਹੱਥ ਫੇਰ ਕੇ ਉਹਨੇ ਸਿੰਘਾਂ ਨੂੰ ਟੋਕੇ ਬੋਲਿਆ ਹਾਂ ਸੂਈ ਤਾਂ ਦੋ ਮਹੀਨਿਆਂ ਦੀ ਲੱਗਦੀ ਹੈ ਸੁਆ ਤੀਜਾ ਮੈਨੂੰ ਤਾਂ ਚੌਥੀ ਲੱਗਦੀ ਹੈ ਨਹੀਂ ਬਾਈ ਤੀਜੀ ਹੀ ਹੈ ਇੱਕ ਪੁੱਤ ਜਹਾਨੂ ਖਟਿਆ ਉਹਦੀ ਸੋਂ ਜੇ ਝੂਠ ਬੋਲਾਂ ਘਰ ਦੀ ਪਾਲੀ ਹੋਈ ਝੋਟੀ ਹੈ ਤੈਨੂੰ ਤਾਂ ਪਤਾ ਹੈ ਸਾਡਾ ਰਵਾ ਕਿੰਨਾ ਪੁਰਾਣਾ ਤੁਰਿਆ ਆ ਰਿਹਾ ਇਹ ਤਾਂ ਮੈਂ ਐਸਾ ਹੈ ਲੋਕੀ ਤੇ ਸਾਡੇ ਕਟਿਆ ਨੂੰ ਸਾਂਹ ਛੱਡਣ ਲਈ ਮਗਰਮਗਰ ਫਿਰਦੇ ਨੇ ਐਤ ਕੀ ਫਸਲ ਮਾਰੀ ਗਈ ਤੂੜੀ ਹੜ੍ਹ ਚ ਗਲ ਗਈ ਇਸ ਲਈ ਬਹੁਤੇ ਡੰਗਰ ਸੰਭਾਲਣੇ ਔਖੇ ਹੋਏ ਪੈ ਨੇ ਮਜਬੂਰੀ ਨੂੰ ਵੇਚ ਰਹੇ ਆ ਅੱਛਾ ਦੁੱਧ ਕਿੰਨਾ ਹੈ 10 ਕਿਲੋ ਲੈ ਫਿਰ ਗੱਲ ਸੁਣ ਮੁੱਲ ਇੱਕੋ ਕਰੀ ਛੋਟੀ ਕਜੇ ਆਦਮੀ ਨੂੰ ਦਿਵਾਉਣੀ ਹੈ ਜਿਸ ਨੂੰ ਕਿਤਾਬਾਂ ਲਿਖਣ ਪੜਨ ਤੋਂ ਬਿਨਾ ਕਾਸੀ ਦਾ ਪਤਾ ਨਹੀਂ ਅੱਛਾ ਅੱਛਾ ਇਹ ਡਾਕਟਰ ਦਾ ਭਾਂਜਾ ਹੈ ਚੰਨਣ ਸਿੰਘ ਨੇ ਧਰਮ ਸਿੰਘ ਵੱਲ ਦੇਖਿਆ ਜਿਵੇਂ ਉਹ ਉਹਨੂੰ ਕਿੰਨੇ ਚਿਹਰਾਂ ਤੋਂ ਜਾਣਦਾ ਹੋਵੇ ਪਰ ਕਿਸੇ ਕਾਰਨ ਉਹਦਾ ਚਿਹਰਾ ਚੰਨਣ ਸਿੰਘ ਦੇ ਦਿਮਾਗ ਚੋਂ ਨਿਕਲ ਗਿਆ ਹੋਵੇ। ਉਹਦੇ ਚਿਹਰੇ ਤੇ ਇੱਕ ਪ੍ਰਕਾਰ ਖੇੜਾ ਜਾ ਆ ਗਿਆ ਤੇ ਉਹਨੇ ਛੱਜੂ ਸਿੰਘ ਨੂੰ ਕਿਹਾ ਲੈ ਫਿਰ ਕਿਹੜਾ ਮੁੱਲ ਲੈਣਾ। ਜਿਹੜਾ ਠਾਕਟਰ ਡਾਕਟਰ ਦਾ ਭਾਂਜਾ ਉਹੋ ਜਿਹਾ ਸਾਡਾ ਤੇ ਫਿਰ ਉਹ ਧਰਮ ਸਿੰਘ ਨੂੰ ਸੰਬੋਧਨ ਹੋਇਆ ਲੈ ਫਿਰ ਭਾਂਜੇ ਤੂੰ ਮੈਸ ਲੈ ਜਾ ਖੋਲ ਕੇ ਮੌਜ ਨਾਲ ਸੂਆ ਪੀ ਜਿੰਨੇ ਦਾ ਪਾਏਗਾ ਉਹਨੇ ਦਾ ਦੁੱਧ ਪੀਵੀਂ ਵਾਧੂ ਵੇਚੀ। ਪਸੰਦ ਆਈ ਰੱਖ ਲਈਨੇ ਅਗਲੇ ਸੂਏ ਆਪਾਂ ਅੱਗੇ ਧੱਕ ਦੇਾਂਗੇ। ਉਹ ਪੈਸੇ ਤੂੰ ਮੈਨੂੰ ਦੇ ਦੇ। ਉਹ ਤਾਂ ਤੁਹਾਡੀ ਮਿਹਰਬਾਨੀ ਪਰ ਸੌਦਾ ਤਾਂ ਕਹਿੰਦੇ ਨੇ ਮਾਵਾਂ ਧੀਆਂ ਦਾ ਵੀ ਹੋਣਾ ਚਾਹੀਦਾ ਧਰਮ ਸਿੰਘ ਨੇ ਸਪਸ਼ਟ ਕਰਨਾ ਚਾਇਆ ਕੋਰੀ ਗੱਲ ਕੀਤੀ ਚੰਗੀ ਰਹਿੰਦੀ ਐ ਛੱਜੂ ਸਿੰਘ ਨੇ ਵੀ ਧਰਮ ਸਿੰਘ ਦੀ ਹਾਂ ਛਾਂਮ ਲਾਈ ਫੇਰ ਐਂ ਕਰੋ ਤੁਸੀਂ ਭਾਂਜੇ ਦੋ ਡੰਗ ਧਾਰ ਚੋਕੇ ਦੇਖ ਲਓ ਨਾਲੇ ਤਾਂ ਤੁਹਾਨੂੰ ਪਸਮੌ ਦਾ ਪਤਾ ਲੱਗ ਜੂ ਨਾਲੇ ਦੁੱਧ ਦਾ ਫੇਰ ਮੁੱਲ ਕਰ ਲਾਂਗੇ ਕੋਈ ਨਹੀਂ ਆਪਣੀ ਤਾਂ ਘਰ ਦੀ ਗੱਲ ਐ ਚਲੋ ਚੰਗਾ ਫੇਰ ਅਸੀਂ ਆਥਣੇ ਆਵਾਂਗੇ ਸਾਡੇ ਆਏ ਬਿਨਾਂ ਧਾਰ ਨਾ ਕੱਢੋ ਇੱਕੇ ਛੱਜੂ ਸਿੰਘ ਸਕੂਟਰ ਵੱਲ ਖੋਤੁਰੇ ਬੈਠੋ ਬੈਠੋ ਚਾਹ ਬਣਦੀ ਐ ਚੰਨਣ ਸਿੰਘ ਨੇ ਕਿਹਾ ਨਹੀਂ ਹਾਜ਼ਰੀ ਛੱਕ ਕੇ ਆਇਆ ਪੂਰੇ ਟੈਟ ਹੋਇਆ ਟੱਡ ਹੁਣ ਹੋਰ ਕੁਝ ਨਹੀਂ ਚੱਲਦਾ ਛੱਜੂ ਸਿੰਘ ਨੇ ਪੇਟ ਤੇ ਹੱਥ ਫੇਰਦਿਆਂ ਉੱਤਰ ਦਿੱਤਾ ਤੇ ਬਾਹਰ ਸਕੂਟਰ ਕੋਲ ਜਾ ਖੜਿਆ ਚੱਲ ਫਿਰ ਹੁਣ ਉਪਲੀ ਵਾਲੀਆਂ ਵੀ ਦੇਖ ਆਈਏ ਚੰਨਣ ਸਿੰਘ ਦੇ ਘਰ ਤੋਂ ਥੋੜਾ ਅੱਗੇ ਜਾ ਕੇ ਛੱਜੂ ਸਿੰਘ ਨੇ ਕਿਹਾ ਧਰਮ ਸਿੰਘ ਨੇ ਸਕੂਟਰ ਉਪਲੀ ਵਾਲੇ ਰਾਹ ਪਾਤਾ ਕਿਉਂ ਬਾਈ ਕਿਹੋ ਜੀ ਲੱਗੀ ਮੈਂ ਫਿਰ ਮੈਸ ਜਜੂ ਸਿੰਘ ਨੇ ਗੱਲ ਛੇੜੀ ਤੁਹਾਨੂੰ ਮੈਨੂੰ ਤਾਂ ਚੰਗੀ ਲੱਗੀ ਐ ਬਾਕੀ ਆਪੋ ਆਪਣੀ ਪਸੰਦ ਹੁੰਦੀ ਐ ਕਿਸੇ ਨੂੰ ਕਾਲੀ ਮਹੇਸ ਚੰਗੀ ਲੱਗਦੀ ਐ ਕਿਸੇ ਨੂੰ ਪੰਜ ਕਲਿਆਣੀ ਕਿਸੇ ਨੂੰ ਮਧਰੇ ਕਾਦੀ ਕਿਸੇ ਨੂੰ ਲੰਮੀ ਉੱਚੀ ਕੋਈ ਕੁੰਡੇ ਸਿੰਘਾਂ ਦੇ ਡੁੱਲ ਜਾਂਦਾ ਕੋਈ ਮਹੈਸਤੀ ਲੰਮੀ ਧਰਤੀ ਨਾਲ ਲੱਗਦੀ ਪੂਛ ਤੇ ਵਪਾਰੀ ਅੰਨੀ ਕਾਣੀ ਲੰਗੜੀ ਲੰਝੀ ਕੁੰਢੀ ਤਾਂ ਦਾਤੀ ਸਿੰਘੀ ਖਲਪਾੜੀ ਲੰਡੀ ਮੀਣੀ ਮੌਲੀ ਬੁੱਢੀ ਠੇਰੀ ਕੁਝ ਨਹੀਂ ਦੇਖਦਾ ਉਹ ਤਾਂ ਦੇਖਦਾ ਮਹਸ ਦਾ ਚੰਮ ਚੱਡਾ ਤੇ ਦੁੱਧ ਚਲੋ ਜੇ ਤੁਹਾਨੂੰ ਠੀਕ ਲੱਗਦੀ ਹੈ ਫਿਰ ਮੈਂ ਕਿੰਤੂ ਪ੍ਰੰਤੂ ਕਰਨ ਵਾਲਾ ਕੌਣ ਹੁੰਨਾ ਤੁਸੀਂ ਆਪੇ ਤਾਂ ਕਿਹਾ ਸੀ ਚੰਨਨ ਸਿੰਘ ਨੂੰ ਵੀ ਇਹਨੂੰ ਕਿਤਾਬਾਂ ਲਿਖਣ ਪੜਨ ਤੋਂ ਬਿਨਾ ਕੁਝ ਨਹੀਂ ਆਉਂਦਾ ਉਹ ਤਾਂ ਮੈਂ ਕਹਿਤਾ ਤੀ ਤੇਰੀ ਜਿੰਨੀ ਅਕਲ ਕਿਨੂ ਹੈ ਤੁਹਾਨੂੰ ਕਿਵੇਂ ਪਤਾ ਹੈ ਤੇਰਾ ਨਾਵਲ ਪੜਿਆ ਤੁਸੀਂ ਧਰਮ ਸਿੰਘ ਨੇ ਹੈਰਾਨੀ ਭਰੇ ਸ਼ਬਦਾਂ ਚ ਕਿਹਾ ਹਾਂ ਮੇਰਾ ਮੁੰਡਾ ਖੇਤੀ ਬੜੀ ਯੂਨੀਵਰਸਿਟੀ ਬੀਐਸਸੀ ਕਰ ਰਿਹਾ ਹੈ ਉਥੇ ਗੁਰਸ਼ਰਨ ਸਿੰਘ ਨੇ ਡਰਾਮੇ ਖੇਡਣ ਮਗਰੋਂ ਕਿਤਾਬਾਂ ਦੀ ਦੁਕਾਨ ਲਾਈ ਉਥੇ ਉਹਨੇ ਤੇਰਾ ਨਾਵਲ ਖਰੀਦ ਲਿਆ ਜਦੋਂ ਨੇ ਨਾਵਲ ਪੜ੍ਹਿਆ ਤਾਂ ਆਪਣੇ ਪਿੰਡ ਬਾਰੇ ਪੜ੍ਹ ਕੇ ਉਹ ਹੈਰਾਨ ਰਹਿ ਗਿਆ ਫਿਰ ਉਹਨੇ ਮੇਰੇ ਕੋਲ ਗੱਲ ਕੀਤੀ ਮੈਂ ਤੇਰੇ ਬਾਰੇ ਪਿੰਡ ਦੇ ਲੋਕਾਂ ਤੋਂ ਸੁਣਿਆ ਸੀ ਦੱਸਤਾ ਉਹਦੇ ਜਨਮਗਰੋਂ ਬੇਟੀ ਨੂੰ ਕਿਹਾ ਕਿ ਨਾਵਲ ਪੜ੍ਹ ਕੇ ਸੁਣਾਏ ਬਹੁਤ ਵਧੀਆ ਲਿਖਿਆ ਤੂੰ ਤਾਂ ਕਮਾਲ ਕਰਤੀ ਸਾਰੇ ਪਿੰਡ ਨੂੰ ਅਮਰ ਕਰਕੇ ਰੱਖਤਾ ਅੱਛਾ ਆ ਦੱਸੋ ਤੁਸੀਂ ਮੈਨੂੰ ਪਛਾਣਿਆ ਕਿਵੇਂ ਧੰਨਵਾਦ ਚਲਦਾ